ਅੱਖਾਂ ਨੂੰ ਰੋਕਦੇ ਹਾਂ, ਕੰਨ ਤੁਰ ਪੈਂਦੇ ਨੇ ਨਿੰਦਿਆ ਚੁਗਲੀ ਸੁਣਨ, ਫਿਰ ਧਿਆਨ ਜਾਂਦਾ ਕੰਨਾਂ ਵੱਲ, ਕੰਨਾਂ ਨੂੰ ਫੜ ਫੜ ਕੇ ਰੋਕਦਿਆਂ, ਨਹੀਂ ਨਹੀਂ ਨਿੰਦਿਆ ਚੁਗਲੀ ਨਾ ਸੁਣੋ, ਕੰਨਾਂ ਨੂੰ ਰੋਕਦਿਆਂ ਰੋਕਦਿਆਂ ਜੀਵ ਸਵਾਦਾਂ 'ਚ ਫਸ ਜਾਂਦੀ ਹੈ, ਢਿੱਡ ਭਰ ਜਾਂਦਾ, ਜੀਵ ਖਾਈ ਜਾਂਦੀ ਹੈ। ਜੀਵ ਨੂੰ ਰੋਕਦੇ ਹਾਂ ਤੇ ਸੁਗੰਧੀਆਂ ਪਿੱਛੇ ਤੁਰ ਪੈਂਦੇ ਹਾਂ, ਸੁਗੰਧੀਆਂ ਨੂੰ ਰੋਕਦੇ ਹਾਂ ਕੁਰਸੀ ਪਿੱਛੇ ਤੁਰ ਪੈਂਦੇ ਹਾਂ, ਕੁਰਸੀ ਤੋਂ ਰੋਕਦੇ ਹਾਂ। ਗੱਲ ਕੀ, ਇਹ ਤੇ ਇਸ ਤਰ੍ਹਾਂ ਮੰਨੋ ਜਿਵੇਂ ਕੋਈ ਸਫ਼ਰ ਤੇ ਜਾਵੇ ਤੇ ਅੱਗੇ ਚਾਰ ਘੋੜੇ ਜੁੱਤੇ ਹੋਣ ਤੇ ਇਕੱਲੇ ਇਕੱਲੇ ਘੋੜੇ ਨੂੰ ਫੜ ਕੇ ਕਹੇ ਨੀ ਇੱਧਰ ਨੂੰ ਜਾਣਾ, ਇੱਕ ਘੋੜੇ ਨੂੰ ਫੜ ਕੇ ਸਹੀ ਦਿਸ਼ਾ ਦੇਵੇ ਤੇ ਤਿੰਨ ਘੋੜੇ ਹੁਣ ਰੱਥ ਨੂੰ ਖਿੱਚ ਕੇ ਦੂਜੇ ਪਾਸੇ ਲੈ ਜਾਣ, ਫਿਰ ਦੂਸਰੇ ਘੋੜੇ ਵੱਲ ਭੱਜੇ, ਨਹੀਂ ਨਹੀਂ ਇੱਧਰ ਨਹੀਂ ਜਾਣਾ ਇੱਧਰ ਜਾਣਾ। ਪੰਜੇ ਇੰਦਰੇ ਇਸ ਜੀਵਨ ਰੱਥ ਦੇ ਪੰਜ ਘੋੜੇ ਨੇ, ਇਹਨਾਂ ਪੰਜਾਂ ਇੰਦਰੀਆਂ ਨੂੰ ਅਸੀਂ ਵਸ ਕਰਨਾ ਚਾਹੁੰਦੇ ਹਾਂ, ਕਦੀ ਅੱਖਾਂ ਨੂੰ ਵਸ ਕਰਨਾ ਚਾਹੁੰਦੇ ਹਾਂ, ਕਦੀ ਕੰਨਾਂ ਨੂੰ, ਕਦੀ ਨੱਕ ਨੂੰ, ਕਦੀ ਜ਼ੁਬਾਨ ਨੂੰ, ਕਦੀ ਤੁਚਾ ਨੂੰ, ਅਸੀਂ ਵਸ ਕਰਨਾ ਚਾਹੁੰਦੇ ਹਾਂ ਇਹਨਾਂ ਪੰਜਾਂ ਘੋੜਿਆਂ ਨੂੰ। ਕਦੀ ਇੱਕ ਨੂੰ ਫੜ ਕੇ ਲਿਆਈਦਾ, ਦੂਸਰੇ ਚਾਰ ਉਦਲ ਜਾਂਦੇ ਨੇ, ਦੂਜਿਆਂ ਚੋਵਾਂ ਚੋਂ ਇੱਕ ਨੂੰ ਫੜ ਕੇ ਲਿਆਈਦਾ, ਪਹਿਲਾ ਜਿਹੜਾ ਉਹ ਇੱਧਰ ਨੂੰ ਨਿਕਲ ਜਾਂਦਾ। ਇੰਦਰੀਆਂ ਨੂੰ ਰੋਕਦੇ ਆ ਤੇ ਇੰਦਰੀਆਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਾਡੇ ਤੇ ਹਾਵੀ ਨਹੀਂ ਹੈ, ਅਸੀਂ ਇਹਦੇ ਤੇ ਹਾਵੀ ਹਾਂ, ਫਿਰ ਇੰਦਰੇ ਸਾਡੇ ਤੇ ਹਾਵੀ ਹੋ ਜਾਂਦੇ ਨੇ, ਉਹਨਾਂ ਨੂੰ ਸਮਝ ਲੱਗ ਜਾਂਦੀ ਇਹਦੇ ਕੋਲ ਤਾਕਤ ਨਹੀਂ ਹੈ ਸਾਨੂੰ ਰੋਕਣ ਦੀ, ਫਿਰ ਉਹ ਆਪ ਮੁਹਾਰੇ ਚੱਲ ਪੈਂਦੇ ਨੇ। ਘੋੜਿਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਮਾਲਕ ਨਹੀਂ ਰੋਕ ਸਕਦਾ, ਹੁਣ ਜਿੱਧਰ ਮਰਜ਼ੀ ਤੁਰੋ, ਅਸੀਂ ਘੋੜੇ ਫੜ ਫੜ ਰੋਕਦੇ ਹਾਂ। ਯਾਦ ਰੱਖਿਓ, ਦੁਸ਼ਮਣ ਨਾਲ ਜਦੋਂ ਕੋਈ ਲੜਨਾ ਸ਼ੁਰੂ ਕਰ ਦਿੰਦਾ ਤੇ ਦੁਸ਼ਮਣ ਦੇ ਬਰਾਬਰ ਹੋ ਜਾਂਦਾ, ਦੁਸ਼ਮਣ ਸਮਝ ਲਓ ਬਰਾਬਰ ਹੀ ਹੁੰਦੇ ਨੇ, ਜਿਹਦੇ ਨਾਲ ਵੀ ਤੁਸੀਂ ਝਗੜਾ ਲੜਾਈ ਕਰੋਗੇ ਉਹਦੇ ਤਲ ਤੇ ਆ ਜਾਓਗੇ, ਦੁਸ਼ਮਣ ਤੁਹਾਡੇ ਬਰਾਬਰ ਹੋ ਜਾਏਗਾ, ਚਾਹੇ ਉਹ ਇਲਾਕੇ ਦਾ ਭਿਖਾਰੀ ਹੈ ਭਾਵੇਂ ਉਹ ਇਲਾਕੇ ਦਾ ਬਾਦਸ਼ਾਹ ਹੈ, ਜਿਹਦੇ ਨਾਲ ਲੜੋਗੇ ਉਹਦੇ ਬਰਾਬਰ ਹੋ ਜਾਓਗੇ। ਦੁਸ਼ਮਣ ਬਰਾਬਰ ਹੁੰਦੇ ਨੇ, ਉੱਚੇ ਨਹੀਂ ਵੀ ਨਹੀਂ ਹੁੰਦੇ, ਉਹ ਇੱਕ ਲੈਵਲ ਤੇ ਆ ਜਾਂਦੇ ਨੇ। ਜਦੋਂ ਇੰਦਰੀਆਂ ਨੂੰ ਫੜ ਕੇ ਰੋਕਿਆ ਅਸੀਂ ਇੰਦਰੀਆਂ ਦੇ ਲੈਵਲ ਤੇ ਆ ਜਾਂਦੇ ਹਾਂ, ਇੰਦਰੀਆਂ ਨੂੰ ਪਤਾ ਵੀ ਅਸੀਂ ਪੰਜ ਆਏ ਇਕੱਲੇ ਨੇ ਸਾਡਾ ਕੀ ਵਿਗਾੜਨਾ, ਇੰਦਰੇ ਸਾਡੇ ਤੇ ਹਾਵੀ ਹੋ ਜਾਂਦੇ ਨੇ। ਜਦੋਂ ਮਾਲਕ ਨੌਕਰ ਨਾਲ ਲੜਨਾ ਸ਼ੁਰੂ ਕਰ ਦਿੰਦਾ ਉਦੋਂ ਨੌਕਰ ਮਾਲਕ ਦੇ ਲੈਵਲ ਤੇ ਆ ਜਾਂਦਾ ਤੇ ਮਾਲਕ ਨੌਕਰ ਨੂੰ ਹਰਾਉਣਾ ਚਾਹੁੰਦਾ, ਪਰ ਜਦੋਂ ਨੌਕਰ ਮਾਲਕ ਦੇ ਲੈਵਲ ਤੇ ਆ ਜਾਂਦਾ ਉਦੋਂ ਫਿਰ ਹੋ ਸਕਦਾ ਕਿ ਨੌਕਰ ਜਿੱਤ ਜਾਏ, ਤੇ ਜਿੱਦਣ ਨੌਕਰ ਜਿੱਤ ਜਾਏ ਨਾ ਮਾਲਕ ਦੀ ਮਲਕੀਅਤ ਦਾ ਅਹਿਸਾਸ ਖਤਮ ਹੋ ਜਾਂਦਾ, ਫਿਰ ਉਹ ਆਖਦਾ ਮੈਂ ਮੇਰੇ ਪੱਲੇ ਤੇ ਕੁਛ ਨਹੀਂ ਹੈ, ਫਿਰ ਇਸ ਨੌਕਰ ਨਾਲ ਲੜਨਾ ਹੀ ਕਿਉਂ, ਜਿਹਦੇ ਕੋਲ ਜਿੱਤਿਆ ਨਾ ਜਾ ਸਕੇ ਲੜਨਾ ਹੀ ਕਿਉਂ। ਮਨੋਵਿਗਿਆਨੀ ਆਖਦੇ ਨੇ ਆਪਣੇ ਬੱਚੇ ਨੂੰ ਉਹ ਹੁਕਮ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰਾ ਸਕਦੇ, ਜੇ ਤੁਸੀਂ ਆਪਣਾ ਹੁਕਮ ਵੀ ਦਿੱਤਾ ਬੱਚੇ ਨੂੰ ਆ ਕਰ, ਉਹ ਨਾ ਉਹਨੇ ਕੀਤਾ ਤੇ ਬੱਚੇ ਦੇ ਮਨ ਵਿੱਚ ਵੀ ਅਹਿਸਾਸ ਹੋਏਗਾ ਮੇਰਾ ਬਾਪੂ ਤੇ ਕੁਛ ਨਹੀਂ ਕਰ ਸਕਦਾ, ਐਵੇਂ ਗੱਲਾਂ ਹੀ ਮਾਰਦਾ, ਇਹਦੇ ਕੋਲ ਕੋਈ ਤਾਕਤ ਨਹੀਂ ਹੈ, ਉਹ ਬੱਚਾ ਆਪ ਉਧਰਾ ਹੋ ਜਾਏਗਾ। ਹੁਣ ਪਿਤਾ ਪੁੱਤਰ ਨੂੰ ਕਵੇ ਤੂੰ ਰੋ ਨਾ ਨਹੀਂ ਤੇ ਮੈਂ ਤੇਰੇ ਚਪੇੜ ਮਾਰਾਂਗਾ, ਰੋ ਨਾ, ਹੁਣ ਮਾਰ ਕੇ ਵੀ ਕਿਸੇ ਦਾ ਰੋਣਾ ਬੰਦ ਕੀਤਾ ਜਾ ਸਕਦਾ, ਬੱਚਾ ਹੋਰ ਰੋਏਗਾ, ਉਹ ਫਿਰ ਕਹੇ ਮੈਂ ਤੈਨੂੰ ਮਾਰਾਂਗਾ ਰੋ ਨਾ, ਤੇ ਬੱਚਾ ਅੰਦਰ ਅੰਦਰ ਹੱਸੇਗਾ ਵੀ ਇਹ ਬਾਪੂ ਨਹੀਂ ਰੋਕ ਸਕਿਆ, ਇਹਦੇ ਕੋਲ ਤਾਕਤ ਨਹੀਂ ਰਹੀ। ਹਾਂ ਇਹ ਕਿਹਾ ਜਾ ਸਕਦਾ ਇਸ ਕਮਰੇ ਚੋਂ ਬਾਹਰ ਨਿਕਲ ਜਾ, ਪਿਤਾ ਕਮਰੇ ਚੋਂ ਬਾਹਰ ਕੱਢ ਸਕਦਾ, ਪਰ ਜੇ ਕਵੇ ਤੂੰ ਰੋ ਨਾ ਰੋਣਾ ਨਹੀਂ ਚੁੱਪ ਕਰਾ ਸਕਦਾ। ਇਸ ਕਰਕੇ ਪੁੱਤਰ ਨੂੰ ਹੁਕਮ ਨਾ ਦੇ ਇਹ ਪਿਤਾ ਜਿਹੜਾ ਤੂੰ ਪੂਰਾ ਨਾ ਕਰਾ ਸਕੇ, ਉਹ ਹੁਕਮ ਕਰ ਜਿਹੜਾ ਪੂਰਾ ਕਰਾ ਸਕੇ, ਕਹਿ ਦੇ ਮੇਰੇ ਕਮਰੇ ਚੋਂ ਬਾਹਰ ਨਿਕਲ ਜਾ, ਬਾਹਰ ਤੇ ਕੱਢ ਸਕਦਾ ਨਾ, ਤੇ ਬੱਚਾ ਵੀ ਸੋਚੇਗਾ ਹਾਂ ਪਿਤਾ ਜੋ ਕਹਿੰਦਾ ਕਰਕੇ ਦਿਖਾਉਂਦਾ ਉਹਦੇ ਕੋਲ ਸ਼ਕਤੀ ਹੈ। ਤੇ ਜੇ ਬੱਚਾ ਕਹੇ ਪਿਤਾ ਕਹਿੰਦਾ ਰੋ ਨਾ ਮੈਂ ਫਿਰ ਰੋਈ ਜਾਂਦਾ, ਪਿਓ ਕੁਛ ਵੀ ਨਹੀਂ ਕਰ ਸਕਦਾ, ਅਸਮਰੱਥ ਹੈ, ਅਸਹਾਏ ਖੜੇ, ਫਿਰ ਉਹ ਪੁੱਤਰ ਕੱਲ ਨੂੰ ਹਾਵੀ ਹੋ ਜਾਏਗਾ। ਧਰਮ ਦੀ ਦੁਨੀਆਂ ਵਿੱਚ ਵੀ ਇਸੇ ਤਰ੍ਹਾਂ ਅਸੀਂ ਇੱਕ ਇੱਕ ਇੰਦਰੇ ਘੋੜੇ ਨੂੰ ਫੜ ਫੜ ਕੇ ਰੋਕਦੇ ਹਾਂ, ਇੱਕ ਇੰਦਰੇ ਨੂੰ ਫੜ ਕੇ ਰੋਕਦੇ ਹਾਂ, ਚਾਰ ਇੰਦਰੇ ਤੁਰ ਪੈਂਦੇ ਨੇ, ਇੰਦਰੇ ਵੀ ਸੋਚਦੇ ਨੇ ਇਹਦੇ ਕੋਲ ਤਾਕਤ ਨਹੀਂ ਹੈ, ਉਹ ਆਪ ਮੁਹਾਰੇ ਹੋ ਜਾਂਦੇ ਨੇ। ਫਿਰ ਜਦੋਂ ਕੋਈ ਧਰਮ ਦੀ ਖੋਜ ਕਰਦਾ ਉਦੋਂ ਹੌਲੀ ਹੌਲੀ ਉਹਨੂੰ ਸਮਝ ਆਉਂਦੀ ਹੈ ਕਿ ਇੰਦਰੇ ਤੇ ਪੰਜ ਘੋੜੇ ਨੇ ਇਹਦੀਆਂ ਲਗਾਮਾਂ ਫੜੀਆਂ ਹੋਈਆਂ ਨੇ ਮਨ ਨੇ, ਮਨ ਸਾਰਥੀ ਹੈ, ਉਹ ਘੋੜਿਆਂ ਨੂੰ ਇਸ਼ਾਰੇ ਕਰਦਾ। ਮੈਂ ਇੱਕ ਘੋੜੇ ਨੂੰ ਫੜ ਕੇ ਰੋਕਦਾ, ਚਾਰ ਘੋੜਿਆਂ ਨੂੰ ਇਸ਼ਾਰਾ ਕਰਦਾ ਵੀ ਇੱਧਰ ਚੱਲ ਪਓ। ਹੁਣ ਮਨ ਦੇ ਹੱਥ 'ਚ ਲਗਾਮਾਂ ਨੇ ਕਿ ਉਹਨਾਂ ਮਨ ਨੂੰ ਕਾਬੂ ਕਰ ਲਈਏ, ਸਾਰਥੀ ਨੂੰ ਹੀ। ਫਿਰ ਉਹ ਧਰਮ ਦੀ ਖੋਜ ਵੱਲ ਜਿਹੜਾ ਤੁਰਦਾ ਉਹ ਮਨ ਪਿੱਛੇ ਤੁਰ ਪੈਂਦਾ, ਮਨ ਨੂੰ ਰੋਕਣਾ ਚਾਹੁੰਦਾ,
ਮਨ ਨੂੰ ਆਖਦੇ ਨੇ ਇੱਧਰ ਨਹੀਂ ਇੱਧਰ ਚਲਾ ਇੰਦਰੀਆਂ ਨੂੰ, ਫਿਰ ਹੌਲੀ ਹੌਲੀ ਉਹਨੂੰ ਸਮਝ ਲੱਗਦੀ ਹੈ ਮਨ ਸਾਰਥੀ ਵੀ ਇੱਕ ਨਹੀਂ ਹੈ, ਮਨ ਵੀ ਵੰਡਿਆ ਹੋਇਆ ਹੈ, ਮਨ ਦੇ ਵੀ ਕਈ ਭੇਦ ਨੇ। ਉਹਨੂੰ ਸਮਝ ਲੱਗ ਜਾਂਦੀ ਹੈ ਕਿ ਮਨ ਵੀ ਕਿਹੜਾ ਇੱਕ ਹੈ, ਹਰ ਪਲ ਮਨ ਨਵਾਂ ਹੈ, ਹਰ ਪਲ ਬਦਲ ਜਾਂਦਾ ਹੈ, ਹਰ ਪਲ ਬਦਲ ਜਾਂਦਾ ਹੈ। ਕਿਉਂ? ਕਿਉਂਕਿ ਹਰ ਪਲ ਉਸ ਮਨ ਨੂੰ ਹੁਕਮ ਦੇਣ ਵਾਲਾ ਕੋਈ ਹੋਰ ਹੈ। ਸਾਰਥੀ ਤੇ ਨੌਕਰ ਹੈ ਇਸ ਰੱਥ ਨੂੰ ਚਲਾਉਣ ਵਾਲਾ, ਰਥਵਾਨ ਤੇ ਨੌਕਰ ਹੈ, ਹਾਂ ਰੱਥ ਦੇ ਪਿੱਛੇ ਮਾਲਕ ਬੈਠਾ ਹੋਇਆ ਹੈ। ਉਹ ਮਾਲਕ ਹੁਕਮ ਕਰਦਾ ਹੈ, ਇਹ ਸਾਰਥੀ ਨੌਕਰ ਘੋੜਿਆਂ ਨੂੰ ਚਲਾਉਂਦਾ ਹੈ। ਜਿਸ ਦਿਨ ਰੱਥ ਵਿੱਚ ਬੈਠੇ ਹੋਏ ਮਾਲਕ ਤੱਕ ਪਹੁੰਚ ਹੋ ਜਾਂਦੀ ਹੈ ਨਾ, ਉਸ ਦਿਨ ਫਿਰ ਜ਼ਿੰਦਗੀ ਦਾ ਰੱਥ ਕਾਬੂ 'ਚ ਆ ਜਾਂਦਾ ਹੈ। ਫਿਰ ਮਨ ਤੋਂ ਬਾਅਦ ਆਤਮਾ ਦੀ ਖੋਜ ਸ਼ੁਰੂ ਹੋ ਜਾਂਦੀ ਹੈ, ਮਨੁੱਖ ਆਤਮ ਤੱਕ ਪਹੁੰਚ ਜਾਂਦਾ ਹੈ। ਨਹੀਂ ਨਹੀਂ, ਆਤਮਾ ਮਾਲਿਕ ਹੈ ਇਸ ਜੀਵਨ ਦੀ, ਜੀਵਨ ਰੱਥ ਦੀ ਮਾਲਿਕ ਆਤਮਾ ਹੈ। ਇਹਦੇ ਇਸ਼ਾਰੇ ਦੇ ਉੱਪਰ ਮਨ ਨਿਰਮਿਤ ਹੁੰਦੇ ਨੇ, ਇਹਦੇ ਇਸ਼ਾਰੇ ਤੇ ਮਨ ਇੰਦਰੀਆਂ ਨੂੰ ਚਲਾਉਂਦੇ ਨੇ। ਫਿਰ ਨੌਕਰ ਨੂੰ ਕਾਹਦਾ ਫੜਨਾ, ਮਾਲਕ ਨੂੰ ਫੜ ਲਓ। ਜਦੋਂ ਆਤਮਾ ਦੀ ਖੋਜ ਤੱਕ ਮਨੁੱਖ ਪਹੁੰਚਣਾ ਸ਼ੁਰੂ ਕਰ ਦਿੰਦਾ ਹੈ, ਉਦੋਂ ਇਸ ਜੀਵਨ ਰੱਥ ਨੂੰ ਕਾਬੂ ਕਰ ਲੈਂਦਾ ਹੈ।